Thank you.
ਸਤਸੰਗਤ ਮੇਲਾ ਦੋ ਘੜੀਆਂ ਸਤਸੰਗਤ ਸਤਸੰਗੀ ਜਨ ਦਸਾਂ ਪਾਤਸ਼ਾਹਾਂ ਦੀ ਜੋਤ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਹੋ, ਦੂਰੋਂ ਨੇੜਿਓਂ ਚੱਲ ਕੇ ਆਏ ਹੋ। ਆਪ ਸਾਰਿਆਂ ਨੇ ਕੁਛ ਸਮਾਂ ਹੈ, ਇਸ ਤੋਂ ਵੀ ਲਾਭ ਉਠਾਉਣਾ ਹੈ। ਦਾਸ ਪਹਿਲਾਂ ਬੇਨਤੀ ਕਰ ਦੇਵੇ, ਸਾਰੇ ਪਹਿਰੇਦਾਰ ਧਿਆਨ ਨਾਲ ਸੁਣਿਓ, ਤੁਹਾਡੀ ਬਹੁਤ ਵੱਡੀ ਗਲਤੀ ਹੈ। ਜਦੋਂ ਜਾਪ ਚੱਲਦਾ ਹੁੰਦਾ ਉਸ ਵੇਲੇ ਜਿਹੜਾ ਵੀ ਬੰਦਾ ਐਂਟਰ ਹੁੰਦਾ ਉਹਨੂੰ ਉੱਥੇ ਬਿਠਾਉਣਾ ਪੈਂਦਾ। ਹੁਣ ਦੋ ਬੀਬੀਆਂ ਜਾਪ ਚੱਲਦੇ ਵਿੱਚ ਆ ਮੂਹਰੇ ਆ ਕੇ ਬੈਠੀਆਂ ਨੇ, ਦਸ ਬੀਬੀਆਂ ਦਾ ਉਹਨਾਂ ਨੇ ਪੰਜਾਹ ਬੀਬੀਆਂ ਦਾ ਖਿਆਲ ਹਿਲਾਇਆ। ਜਿਹੜਾ ਉਹ ਮੈਂ 10 ਮਿੰਟ ਜਾਪ ਕਰਾਇਆ ਉਹਦੇ ਵਿੱਚ ਉਹਨਾਂ ਨੂੰ 5 ਮਿੰਟ ਮਿਲੇ ਨੇ ਕਰਨ ਵਾਸਤੇ, 5 ਮਿੰਟ ਉਹਨਾਂ ਨੇ ਇਸ ਚੀਜ਼ ਨੂੰ ਸੰਭਾਲਿਆ। ਹੁਣ ਵੀ ਸਾਡੇ ਕੋਲ ਅੱਧਾ ਘੰਟਾ, ਜੇ ਅੱਧਾ ਘੰਟਾ ਕੋਈ ਆ ਗਿਆ ਕੋਈ ਵੱਗ ਗਿਆ ਤਾਂ ਇਹਦੇ ਵਿੱਚ ਸਾਡਾ ਸਮਝ ਲਓ ਅਸੀਂ ਪ੍ਰੇਮ ਨਾਲ ਨਹੀਂ ਆਏ, ਅਸੀਂ ਤਾਂ ਬਖਤਰ ਮਨੋਰੰਜਨ ਕਰਨਾ ਆ। ਜਿਹੜੇ ਬੰਦੇ ਦਾ ਮਨੋਰੰਜਨ ਹੈ ਭਾਈ ਉਹ ਹੋਰ ਕਿਤੇ ਕਰ ਲਓ, ਸਤਸੰਗ ਦੇ ਅਸੂਲ ਨਹੀਂ ਹਨ। ਜਿਹੜੇ ਆ ਬੱਚੇ ਨੇ ਇਹਨਾਂ ਨੂੰ ਵੀ ਬਿਠਾਓ ਦੇਖ ਕੇ ਸਤਸੰਗ ਦੇ ਵਿੱਚ। ਅਨਭੋਲ ਬੱਚਿਆਂ ਵਾਸਤੇ ਜਗ੍ਹਾ ਅਲੱਗ ਬਣੀ ਵੀ ਹੈ। ਜਿਹੜੇ ਤੁਹਾਡੇ ਕੋਲ ਸਮਝਾਏ ਤੋਂ ਬਹਿੰਦੇ ਨੇ ਬਿਠਾਓ, ਜਿਹੜੇ ਕੋਈ ਅੰਦਰ ਬਾਹਰ ਜਾਂਦੇ ਨੇ ਇਹਨੂੰ ਬਾਹਰ ਕਹੋ ਭਾਈ ਆਪਦਾ ਖੇਲ ਲਓ ਕਿਤੇ ਇੱਥੇ। ਪਰ ਪੰਡਾਲ ਦੇ ਵਿੱਚ ਜ਼ਿਆਦਾਤਰ ਦਾਸ ਬੇਨਤੀ ਕਰਦਾ ਹੈ, ਸਾਡੇ ਸਿੱਖੀ ਵਿੱਚ ਗੁਰੂ ਨਾਨਕ ਦੇ ਦਰ ਦੇ ਵਿੱਚ ਕਿਉਂ ਨਹੀਂ ਸੀ ਬਾਣੀ ਦੇ ਨਾਲ ਜੁੜਦੇ, ਨਾਮ ਨਾਲ ਕਿਉਂ ਨਹੀਂ ਜੁੜਦੇ? ਮੁਰਲੇ ਤਾਂ ਬੋਲੀ ਜਾਂਦੇ ਨੇ, ਪਿਛਲੇ ਆਪਦੀਆਂ ਗੱਲਾਂ ਕਰੀ ਜਾਂਦੇ ਨੇ, ਪਿਛਲੇ ਦਾ ਕਿਸੇ ਕੋਈ ਜਵਾਕ ਉੱਠ ਕੇ ਭੱਜ ਗਿਆ, ਕੋਈ ਕੁਛ ਕਰਦਾ ਕੋਈ ਕੁਛ ਕਰਦਾ। ਉਹ ਜਵਾਕ ਲੈ ਕੇ ਆਓ, ਪਰ ਲੈ ਕੇ ਆਓ ਤੁਸੀਂ ਆਪਦਾ ਟਾਈਮ ਨਾ ਖਰਾਬ ਕਰੋ। ਜਿਹੜੇ ਬੱਚੇ ਨੇ ਉਸ ਹਿਸਾਬ ਨਾਲ ਸਮਝਾ ਕੇ, ਇੰਨੇ ਵੀ ਕੋਈ ਨਿਆਣੇ ਨਹੀਂ ਕੋਈ ਅੰਦਰ ਵੱਗ ਗਿਆ। ਸਕੂਲਾਂ ਵਿੱਚ ਵੀ 45 ਮਿੰਟ ਦੇ ਪੀਰੀਅਡ ਰੱਖੇ ਜਾਂਦੇ ਨੇ, ਉਹਦੇ ਵਿੱਚ 45 ਮਿੰਟ ਕੋਈ ਬਾਅਦ 'ਚ ਜਾ ਸਕਦਾ, ਪਹਿਲਾਂ ਨਹੀਂ ਅੰਦਰ ਬਾਹਰ ਜਾਂਦਾ।
ਤੇ ਐਸੇ ਤਰ੍ਹਾਂ ਹੀ ਸਾਡਾ ਗੁਰੂ ਨਾਨਕ ਦਾ ਸਕੂਲ ਹੈ, ਸਾਨੂੰ ਇਹਦੇ ਵਿੱਚ ਕਾਲਜ ਵੀ ਹੈ, ਯੂਨੀਵਰਸਿਟੀ ਵੀ ਹੈ। ਜੇ ਸਾਡਾ ਇੰਨਾ ਕੀ ਪ੍ਰੇਮ ਹੈ, ਅਸੀਂ ਘੰਟਾ ਨਹੀਂ ਬੈਠ ਸਕਦੇ ਕੋਈ ਅੰਦਰ ਕੋਈ ਬਾਹਰ। ਆ ਜਾਪ ਕਰਾਇਆ, ਬੰਦੇ ਨੂੰ ਇਹ ਸੋਚਣਾ ਚਾਹੀਦਾ ਮੈਂ ਤਾਂ ਜਾਇਜ਼ ਹੈਗਾ ਹੀ ਵੀ ਦੂਜੇ ਦਾ ਲਾਭ ਨਾ ਮੈਂ ਨੁਕਸਾਨ ਕਰਦਾ। ਤੁਸੀਂ ਦੂਜਿਆਂ ਦੇ ਵਿੱਚ ਦੇ ਟੋ ਮੋਢੇ ਮਾਰਦੇ ਜਾਂਦੇ ਹੋ, ਗੋਡੇ ਮਾਰਦੇ ਜਾਂਦੇ ਹੋ, ਤੁਹਾਨੂੰ ਇਸ ਚੀਜ਼ ਦੀ ਸ਼ਰਮ ਸਿਆ ਹੈ ਹੀ ਨਹੀਂ ਵੀ ਸਾਨੂੰ ਰੱਬ ਨੇ ਬੰਦਾ ਬਣਾਇਆ ਹੈ। ਇੱਧਰ ਤਾਂ ਸੰਗਤ ਟਿੱਕੀ ਬੈਠੀ ਹੈ, ਤੁਸੀਂ ਜਿੱਥੇ ਰਾਤ ਜਗ੍ਹਾ ਮਿਲਦੀ ਆ ਉੱਥੇ ਬਹਿ ਜਾਓ, ਸਤਸੰਗ ਕਰਨਾ ਸਿੱਖੋ, ਸਾਰਾ ਕੁਛ ਇੱਥੋਂ ਮਿਲੇਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਕਹਿੰਦੇ ਮਨ 'ਚ ਵਿਚਾਰ ਕਰੋ ਵੀ ਕੌਣ ਨਹੀਂ ਤਰਿਆ, ਤਰੇ ਤਰਿਆਂ ਦੇ ਪ੍ਰਮਾਣ ਦੇ ਤੇ ਕਹਿੰਦੇ ਪਾਪੀ ਵੀ ਤਰੇ ਨੇ। ਅਜਾ ਮਲ ਪਾਪੀ ਜਗ ਜਾਨ ਹੈ ਨਿਮਖ ਮਾਇਨ ਸਤਾਰਾ, ਨਾਨਕ ਕਹਿ ਚੇ ਚਿੰਤਾ ਵਿੱਚ ਤੈਂ ਵੀ ਉਤਰ ਸਪਾਰਾ। ਪਰ ਇਹ ਪਹਿਰੇਦਾਰਾਂ ਨੂੰ ਤੁਸੀਂ ਤਾਂ ਬਰਸੇ ਸੋਟੀਆਂ ਲੈਂਦੇ ਹੋ ਨਾਲ ਢੋਲਕੀਆਂ ਵਜਾਉਂਦੇ ਹੋ, ਤੁਹਾਨੂੰ ਸੁਰਤ ਨਹੀਂ ਹੈਗੀ। ਤੁਸੀਂ ਜੇ ਢੋਲਕੀਆਂ ਵਜਾਉਣੇ ਸਾਡੇ ਕੋਲ ਆ ਕੇ ਬਹਿ ਜਾਓ, ਜੇ ਤੁਸੀਂ ਪਹਿਰੇ ਲਾਉਣੇ ਆਪ ਤੁਰੇ ਫਿਰਦੇ ਹੋ। ਏਰੀਆ ਹੋਣਾ ਚਾਹੀਦਾ ਤੁਹਾਡਾ ਵੀ ਮੈਂ ਇੱਥੇ ਖੜ੍ਹਨਾ, ਦੂਜਾ ਉੱਧਰ, ਤੁਸੀਂ ਆਪ ਗੇੜੇ ਦੇਈ ਜਾਂਦੇ ਸੜਕਾਂ ਮੰਗੋ। ਜਿਹੜੀ ਡਿਊਟੀ ਕਰਨੀ ਹੈ ਡਿਊਟੀ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਜਿਹੜੇ ਬੱਚੇ ਨਹੀਂ ਬਹਿੰਦੇ ਥੋੜ੍ਹੇ ਤਾੜ ਕੇ ਕਹੋ। ਜਿਹੜੀਆਂ ਬੀਬੀਆਂ ਇਸ ਤਰ੍ਹਾਂ ਸਤਸੰਗ ਕਰਨ ਨਹੀਂ ਗਿੱਝੀਆਂ, ਤੁਸੀਂ ਦੇਵਤਿਆਂ ਦਾ ਮਾਹੌਲ ਬਣਾਓ, ਬੈਕੁੰਠ ਬਣਾਓ, ਅੰਦਰੋਂ ਸ਼ਾਂਤੀ ਆਵੇ। ਬੰਦੇ ਨੂੰ ਬਾਹਰੋਂ ਕਦੇ ਸ਼ਾਂਤੀ ਆਈ ਹੈ? ਅੰਦਰੋਂ ਸ਼ਾਂਤੀ ਤਾਂ ਆਵੇਗੀ ਜੇ ਅਸੀਂ ਅੰਦਰ ਜੁੜਾਂਗੇ। ਤੁਹਾਡੇ ਦੋ ਅਸੀਂ ਕੀ ਕਰੀਏ ਇਕੱਠ ਨੂੰ ਜੇ ਉੱਥੇ ਸ਼ਾਂਤੀ ਨਾ ਹੋਈ, ਕੋਈ ਉੱਠ ਖੜਿਆ ਕੋਈ ਬੈਠ ਗਿਆ। ਉਹ ਤੁਸੀਂ 8 ਵਜੇ ਆਏ ਹੋ, ਅਜੇ 10 ਵਜੇ ਨਹੀਂ, 2 ਘੰਟਿਆਂ ਵਿੱਚ ਕੀ ਹੋ ਗਿਆ? ਇਹ ਚੀਜ਼ ਤਾਂ ਦੇਖੋ ਨਾ, ਅਸੀਂ ਗੁਰੂ ਦੀ ਰਿਸਪੈਕਟ ਕਰਨਾ ਹੈ, ਕਿਹਦੀ ਰਿਸਪੈਕਟ ਕਰਨਾ ਹੈ? ਕਿ ਫ੍ਰੀ ਦੀਆਂ ਟਰਾਲੀਆਂ ਆਉਂਦੀਆਂ ਨੇ ਬੈਠਣ ਵਾਸਤੇ ਆਇਆ? ਇਹ ਚੀਜ਼ਾਂ ਦਾ ਧਿਆਨ ਰੱਖ ਕੇ ਹਰੀ ਜਸ ਕੀਰਤਨ ਕਰਨਾ ਚਾਹੀਦਾ, ਖਿਆਲ ਲੈ ਕੇ ਆਓ। ਦਾਸ ਪਹਿਲਾਂ ਸਿਮਰਨ ਕਰਾਉਂਦਾ ਸੀ, ਸਿਮਰਨ ਦੇ ਵਿੱਚ ਦਾਸ ਮੈਂ ਬੇਨਤੀ ਪਹਿਲਾਂ ਹੀ ਕਰ ਦਵਾਂ, ਹਜ਼ੂਰ ਪਾਤਸ਼ਾਹ ਰਾੜਾ ਸਾਹਿਬ ਵਾਲਿਆਂ ਦਾ ਈਸ਼ਵਰ ਅਮੋਲਕ ਲਾਲ ਗ੍ਰੰਥ ਲਿਖਿਆ ਹੋਇਆ, ਉਹਨਾਂ ਦੀ ਹੱਥ ਲਿਖਤ, ਉਹਦੇ ਮੁਤਾਬਕ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਜਿਹੜੇ 4 ਵੇਦ ਨੇ, 18 ਸਿਮਰਤੀਆਂ ਨੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਬਾਣੀ ਦਾ ਨਿਚੋੜ ਉਹਨਾਂ ਨੇ ਥੋੜ੍ਹੀ ਜਗ੍ਹਾ 'ਚ ਲੈ ਕੇ ਆਉਂਦਾ ਆਪਦੀ ਬੁੱਧੀ ਆਪਦੀ ਸਮਝ ਮੁਤਾਬਕ, ਤਾਂ ਕਿ ਜਿਹੜੇ ਆਉਣ ਵਾਲੇ ਗੁਰਸਿੱਖ ਨੇ ਉਹਨਾਂ ਨੇ ਜੇ ਭਗਤੀ ਕਰਨੀ ਹੈ ਤਾਂ ਉਹਨਾਂ ਵਾਸਤੇ ਰਸਤਾ ਸੁਖੈਨ ਮਿਲੇ। ਉਹ ਸੁਖੈਨ ਕਰਨ ਦੇ ਨਾਲ ਜਦੋਂ ਅੱਗੇ ਰਸਤਾ ਪਿਆ ਹੁੰਦਾ, ਆਪ ਲੋਕ ਕੋਈ ਯੂਪੀ 'ਚੋਂ ਆਏ ਹੋ, ਕੋਈ ਦਿੱਲੀ ਤੋਂ ਆਏ ਹੋ, ਕੋਈ ਲੁਧਿਆਣੇ ਤੋਂ ਆਏ ਹੋ, ਕੋਈ ਅੰਮ੍ਰਿਤਸਰ ਤੋਂ ਆਏ ਹੋ, ਤੁਸੀਂ ਗੂਗਲ 'ਤੇ ਸਰਚ ਕਰਕੇ ਫਤਿਹਗੜ੍ਹ ਪੰਜਗਰਾਈਆਂ ਇੱਥੇ ਪਹੁੰਚੇ ਹੋ, ਅਤੇ ਉਹ ਜਿਹੜਾ ਈਸ਼ਵਰ ਅਮੋਲਕ ਲਾਲ ਗ੍ਰੰਥ ਹੈ ਉਹ ਵੀ ਇੱਕ ਗੂਗਲ ਹੈ। ਜਿਹੜਾ ਬੰਦਾ ਜੇ ਰਸਤਾ ਚਾਹੁੰਦਾ ਹੈ ਉਹ 'ਤੇ ਸਰਚ ਕਰੇਗਾ, ਉਹਨੂੰ ਪਤਾ ਲੱਗ ਜਾਵੇਗਾ ਬੈਖੜੀ ਬਾਣੀ ਕੀ ਹੁੰਦੀ ਹੈ, ਮੱਧਮਾ ਕੀ ਹੁੰਦੀ ਹੈ, ਪਸੰਤੀ ਕੀ ਹੁੰਦੀ ਹੈ, ਪਰਾ ਬਾਣੀ ਕੀ ਹੁੰਦੀ ਹੈ। ਜੇ ਅਸੀਂ ਸੋਚਣਾ ਹੀ ਨਹੀਂ ਹੈ ਤਾਂ ਕੀ ਕਹੋ? ਮਤਲਬ ਭਾਈ ਸਾਹਮਣੇ ਦਾ ਚੀਜ਼ ਪਈ ਹੈ, ਉਸ ਨੂੰ ਕੋਈ ਬੰਦਾ ਦੇਖੇ ਨਾ ਤਾਂ ਉਹਦੀ ਮਰਜ਼ੀ ਹੈ। ਪਰ ਜੇ ਅਸੀਂ ਲਾਹਾ ਲੈਣਾ ਉਹਨਾਂ ਚੀਜ਼ਾਂ ਜਿਹੜੇ ਮਹਾਂਪੁਰਸ਼ਾਂ ਦੀ ਯਾਦ 'ਚ ਬੈਠੇ ਹਾਂ, ਥੋੜ੍ਹਾ ਬਹੁਤਾ ਜੀਵਨ ਦਾ ਪਤਾ ਹੋਣਾ ਚਾਹੀਦਾ ਵੀ ਮਹਾਂਪੁਰਸ਼ਾਂ ਨੇ ਕਿਵੇਂ ਸਤਸੰਗ ਕੀਤੇ, ਦੁਨੀਆਂ ਦਾ ਭਲਾ ਕਿਵੇਂ ਕੀਤਾ, ਉਹ ਨਿਸ਼ਕਾਮ ਕਿਵੇਂ ਸੀ। ਮਾਇਆ ਵਿੱਚ ਰਹਿੰਦੇ ਹੋਏ ਅਸੀਂ ਦੇਖਦੇ ਹਾਂ ਵੀ ਰਾੜੇ ਵਾਲਿਆਂ ਕੋਲ ਐਡੀ ਮਹਿੰਗੀ ਗੱਡੀ ਹੈ, ਅਸੀਂ ਦੇਖਦੇ ਹਾਂ ਛਟੀ ਉਹਨਾਂ ਕੋਲ ਖੁੰਡੀ ਸੋਨਾ ਲੱਗਿਆ ਹੋਇਆ, ਜੁੱਤੀ ਦੇ ਉੱਤੇ ਸੋਨਾ ਲੱਗਿਆ ਹੋਇਆ, ਇੰਨੇ ਮਹਿੰਗੇ ਮਹਾਂਪੁਰਸ਼ ਵੀ ਹਾਂ ਵੀ ਸਾਰੇ ਸੰਤ ਬਣ ਜਾਓ ਕੋਈ ਨਹੀਂ, ਇਹ ਕੰਮ ਵਧੀਆ ਬਿਜ਼ਨਸ ਟਾਈਪ 'ਚ ਤਾਂ ਇਹ ਦੇਖਾਂਗੇ। ਪਰ ਭਾਈ ਗੁਰਦਾਸ ਜੀ ਨੇ ਇਹੋ ਜਿਹੇ ਮਹਾਂਪੁਰਸ਼ਾਂ ਦੀ ਬਾਬਤ ਗੁਰੂ ਆਪਣੀਆਂ ਵਾਰਾਂ ਦੇ ਵਿੱਚ ਇਉਂ ਫਰਮਾਨ ਕੀਤਾ ਹੈ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ।
ਸੋ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਜਿਹੜਾ ਰਾਜਾ ਜਨਕ ਉਹਦੀ ਸਖਦੇਵ ਮੁਨੀ ਵਰਗੇ ਵੀ ਕਸਵੱਟੀ ਨਹੀਂ ਸਹਿ ਸਕੇ ਜਿਹੜੇ ਘਰ ਬਾਰ ਛੱਡ ਕੇ ਮੁਨੀ ਬਣੇ ਹੋਏ ਸੀ ਰਿਸ਼ੀ ਬਣੇ ਹੋਏ ਸੀ 10-10 ਹਜ਼ਾਰ ਵਰਸ ਉਹਨਾਂ ਨੇ ਭਗਤੀ ਕੀਤੀ ਜਦੋਂ ਇੱਕ ਰਾਜੇ ਜਨਕ ਦੇ ਸਾਹਮਣੇ ਗਏ ਉਹਦੀ ਜਿਹੜੀ ਕਸਵੱਟੀ ਸੀ ਸਹਿ ਨਹੀਂ ਸਕੇ ਮਹਾਂਪੁਰਸ਼ ਦੀ ਵੀ ਕਸਵੱਟੀ ਹੁੰਦੀ ਹੈ ਅੱਜ ਕੱਲ੍ਹ ਵਾਲਾ ਪ੍ਰੋਗਰਾਮ ਵੀ ਆ ਜਾ ਤੂੰ ਵੀ ਆ ਜਾ ਕੋਈ ਨਹੀਂ ਤੂੰ ਤਾਂ ਬਹੁਤ ਵੱਡਾ ਗੁਰਮੁਖ ਹੈ ਇਹ ਚੀਜ਼ਾਂ ਨਹੀਂ ਚੱਲਦੀਆਂ ਜਿਹੜਾ ਪੂਰਨ ਮਹਾਂਪੁਰਸ਼ ਹੈ ਉਹ ਤਾਂ ਝਾੜ ਕੇ ਰੱਖਦਾ ਉਹ ਤਾਂ ਇਸ ਤਰ੍ਹਾਂ ਜਿਵੇਂ ਸੰਤ ਮਹਾਰਾਜ ਆਨੰਦ ਸਿੰਘ ਜੀ ਜਦੋਂ ਉਹਨਾਂ ਕੋਲ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਗਏ ਨੇ ਉਸ ਵੇਲੇ ਸਕੂਲ 'ਚ ਪੜ੍ਹਦੇ ਸੀ ਜਦੋਂ ਮਿਲਣ ਗਏ ਸੇਵਾਦਾਰ ਨੇ ਕਿਹਾ ਬਾਬਾ ਜੀ ਦੋ ਭਚੰਗੀ ਆਏ ਨੇ ਦਰਸ਼ਨ ਕਰਨ ਕਹਿੰਦੇ ਖੜ੍ਹੇ ਰਹਿਣ ਇਹ ਵਚਨ ਕਰ ਦਿੱਤਾ ਉਹਨਾਂ ਨੂੰ ਦੱਸਤਾ ਕਹਿੰਦੇ ਕਿਹਾ ਵੀ ਖੜ੍ਹੇ ਰਹੋ ਸਵੇਰ ਦਾ ਕਿਹਾ ਸਾਰਾ ਦੁਪਹਿਰਾ ਉੱਤੋਂ ਨਹੀਂ ਲੰਘਿਆ ਉੱਥੇ ਹੀ ਖੜ੍ਹੇ ਰਹੇ ਫਿਰ ਕਿਹਾ ਬਾਬਾ ਜੀ ਜਿਹੜੇ ਭਚੰਗੀ ਆਏ ਸੀ ਮਿਲਣ ਵਾਸਤੇ ਉਹ ਆਪ ਜੀ ਦੇ ਦਰਸ਼ਨਾਂ ਵਾਸਤੇ ਕਹਿੰਦੇ ਕੋਈ ਗੱਲ ਨਹੀਂ ਖੜ੍ਹੇ ਰਹਿਣ ਫਿਰ ਕਹਿ ਦਿੱਤਾ ਕਿ ਜਿਹਨੇ ਕੁਛ ਬਣਨਾ ਹੈ ਉਹਨੂੰ ਪਹਿਲਾਂ ਹੀ ਨਜ਼ਰਾਂ 'ਚ ਲੈ ਲੈਂਦੇ ਸੀ ਪੁਰਾਣੇ ਜ਼ਮਾਨੇ ਵਿੱਚ ਸਾਧੂ ਮਹਾਤਮਾ ਸ਼ਕਤਾਈ ਵਰਤਦੇ ਹੁੰਦੇ ਕੋਈ ਡੰਡਾ ਫੇਰਦਾ ਕੋਈ ਕੋਈ ਚਾਰ ਗਾਲਾਂ ਕੱਢਤੀਆਂ ਕਿਸੇ ਨੇ ਕੁਛ ਕਰ ਦਿੱਤਾ ਕਿਉਂ ਭਗਤੀ ਵਾਲੇ ਹੁੰਦੇ ਉਹਨਾਂ ਨੂੰ ਐਂ ਹੁੰਦਾ ਸੀ ਪੱਕਾ ਬੰਦਾ ਆਵੇ ਕੋਈ ਕੱਚਿਆਂ ਦੀ ਲੋੜ ਨਹੀਂ ਹੈ ਜਿਹੜੇ ਉਹਨਾਂ ਦੇ ਅੰਦਰੋਂ ਮਨ ਚਾਹੁੰਦੇ ਸੀ ਉਹ ਇਨਸਾਨ ਉਹਨਾਂ ਦੇ ਨੇੜੇ ਜਾਂਦੇ ਜਿਹਨਾਂ ਨੂੰ ਪਤਾ ਸੀ ਭਾਵੇਂ ਉਤਲੀਆਂ ਗਾਲਾਂ ਖਾ ਕੇ ਅੰਦਰੋਂ ਪਰਮਾਤਮਾ ਦੇ ਨਾਮ ਨਾਲ ਜੋੜ ਦੇਣ ਕਿਉਂਕਿ ਜਿਹਨੇ ਨਾਮ ਨਾਲ ਜੁੜਨਾ ਹੈ ਉਹਨੂੰ ਕਿਸੇ ਨਾ ਕਿਸੇ ਦੀ ਸਹਾਇਤਾ ਦੀ ਲੋੜ ਪੈਂਦੀ ਹੈ ਇਹ ਨਹੀਂ ਹੈ ਬਈ ਜੋ ਗੁਰਮਤਿ 'ਚ ਗੱਲਾਂ ਲਿਖੀਆਂ ਨੇ ਉਹਦੇ ਮੁਤਾਬਕ ਹੀ ਚੱਲਣਾ ਇਹ ਤਾਂ ਜਿਹੋ ਜਿਹਾ ਤੁਹਾਡਾ ਸਰੀਰ ਹੈ ਉਹਦੇ ਮੁਤਾਬਕ ਹੀ ਚੱਲਣਾ ਪਵੇਗਾ ਸਾਨੂੰ ਇਹ ਪਤਾ ਵੀ ਸਾਡੇ ਸਿਰ 'ਤੇ ਕਿੰਨਾ ਕੁ ਬੋਝ ਹੈ ਉਹ ਬੋਝ ਕਿਵੇਂ ਲੈਣਾ ਇਹ ਮਹਾਤਮਾ ਨੂੰ ਪਤਾ ਆ ਸਾਡੇ ਪਾਸ ਸੁਖਦੇਵ ਸਿੰਘ ਜੀ ਜਿਹੜੇ ਮਾਲ ਮੰਤਰੀ ਆਪਾਂ ਕਹਿੰਦੇ ਹਾਂ ਮਾਲ ਮੰਤਰੀ ਪਿੱਛੇ ਸਾਡੇ ਇੱਕ ਪਹਿਲਾਂ ਮੱਝਾਂ ਡੰਗਰਾਂ 'ਤੇ ਕੰਮ ਕਰਦਾ ਹੁੰਦਾ ਉਹਨੂੰ ਕਾਲਾ ਕਹਿੰਦੇ ਸੀ ਮਹਾਂਪੁਰਸ਼ ਟਹਿਲ ਦੇ ਪਿੱਛੇ ਲੰਗਰ ਦੇ ਗਏ ਕਹਿੰਦੇ ਸੁਖਦੇਵ ਇਹਦੇ ਵਿੱਚ ਖੁਰਪਾ ਟਿੱਪਿਆ ਉਹਦੇ ਵਿੱਚ ਗੋਬਰ ਗੈਸ 'ਤੇ ਉਸ ਵੇਲੇ ਜਦੋਂ ਕਿਹਾ ਉਹਨਾਂ ਨੇ ਇਹ ਕਹਿੰਦਾ ਮੈਂ ਬੁਲਾ ਕੇ ਲਿਆਉਣਾ ਆਪਣੇ ਨੂੰ ਕਾਲੇ ਨੂੰ ਮਹਾਂਪੁਰਸ਼ ਕਹਿੰਦੇ ਤੂੰ ਆ ਜਾ ਇਹ ਵੱਗ ਗਿਆ ਕਹਿੰਦੇ ਉਹਨੂੰ ਬੁਲਾਉਣ ਜਾਂਦਾ ਤੂੰ ਖੁਰਪਾ ਕੱਢ ਕਿਉਂਕਿ ਸਾਡੀ ਆਦਤ ਹੈ ਨਾ ਕੋਈ ਨਹੀਂ ਕੰਮ ਕਰਾ ਲਾਂਗੇ ਜੇ ਕਿਸੇ ਨੂੰ ਕਹਿਤਾ ਭਾਈ ਆਹ ਕੰਮ ਕਰਨਾ ਕੋਈ ਨਹੀਂ ਕਰਾ ਲਾਂਗੇ ਮੇਰੇ ਕੋਲ ਬੰਦੇ ਬਥੇਰੇ ਨੇ ਉਹਦਾ ਥਰਡ ਕਲਾਸ ਦਾ ਬੰਦਾ ਹੁੰਦਾ ਸੈਕਿੰਡ ਦਾ ਇਹ ਹੁੰਦਾ ਜਿਹੜਾ ਥਰਡ ਦਾ ਹੁੰਦਾ ਉਹ ਤਾਂ ਵੀ ਕਰ ਲਾਂਗੇ ਕੋਈ ਨਹੀਂ ਕਹਿ ਕੇ ਵੱਗ ਗਿਆ ਫਿਰ ਟਾਈਮ ਲੱਗੇ ਤੋਂ ਸੈਕਿੰਡ ਵਾਲਾ ਇਹ ਕਹਿੰਦਾ ਵੀ ਮੈਨੂੰ ਹੁਕਮ ਹੋਇਆ 10 ਬੰਦੇ ਇਕੱਠੇ ਕਿਤੇ ਕਰਾ ਤਾ ਜਿਹਨੇ ਫਸਟ ਨੰਬਰ ਚੱਕਣਾ ਉਹ ਕਹਿੰਦਾ ਮੈਨੂੰ ਹੁਕਮ ਹੋਇਆ ਮੈਂ ਹੀ ਕਰਨਾ ਕਿਉਂਕਿ ਬਚਨ ਮੰਨਣ 'ਚ ਵੀ ਫਰਕ ਹੁੰਦਾ ਨਾ ਮਹਾਂਪੁਰਸ਼ਾਂ ਨੇ ਜਦੋਂ ਇਹ ਬਚਨ ਕੀਤਾ ਇਹ ਆ ਗਿਆ ਇਹਨੂੰ ਕਹਿੰਦੇ ਗੋਬਰ ਗੈਸ ਦੇ ਵਿੱਚ ਇਹ ਡੰਡਾ ਫੇਰਨ ਲੱਗਿਆ ਖੁਰਪਾ ਲੱਭਣ ਨੂੰ ਕਹਿੰਦੇ ਨਹੀਂ ਨਹੀਂ ਤੂੰ ਇਹਦੇ ਵਿੱਚ ਵੜ ਜਾ ਇਹ ਸੋਚੀ ਪੈ ਗਿਆ ਕਹਿੰਦੇ ਤੈਨੂੰ ਕੀ ਹੁੰਦਾ ਵਿੱਚ ਵੜ ਇਹਨੂੰ ਗੋਬਰ ਗੈਸ 'ਚ ਵੜਤਾ ਬਾਅਦ 'ਚ ਪੈਰ ਮਾਰਨ ਲੱਗ ਗਿਆ ਪੈਰ ਮਾਰ ਕੇ ਵੀ ਦੇਖਾ ਵੀ ਕਿੱਥੇ ਕਹਿ ਡੰਡੇ ਨਾਲ ਟੋਹੇ ਖੁਰਪਾ ਕਿੱਥੇ ਹੈ ਕਹਿੰਦੇ ਇੱਕ ਨਹੀਂ ਲੱਭਣਾ ਇਹਨੇ ਚੁੱਭੀ ਮਾਰ ਵਿੱਚ ਹੁਣ ਤੁਹਾਡਾ ਕੋਈ ਜਮਾਈ ਹੋਵੇ ਤੁਹਾਡਾ ਕੋਈ ਭਰਾ ਹੋਵੇ ਤੁਹਾਡਾ ਕੋਈ ਬੱਚਾ ਜੰਮਿਆ ਹੋਇਆ ਆਪਦਾ ਹੋਵੇ ਕਿਸੇ ਨੂੰ ਬਾੜ ਕੇ ਦੇਖ ਲਓ ਗੋਬਰ ਗੈਸ 'ਚ ਜੇ ਕੱਢ ਲਿਆ ਵੇ ਖੁਰਪਾ ਇੱਧਰ ਸਿੱਖ ਅਤੇ ਗੁਰੂ ਦੀ ਰਿਸ਼ਤਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਇੱਥੇ ਆਪਦੇ ਆਪ ਨੂੰ ਵੇਚਣਾ ਪੈਂਦਾ ਹੁੰਦਾ ਪੁਰਾਣੇ ਜ਼ਮਾਨਿਆਂ ਵਿੱਚ ਮਹਾਂਪੁਰਸ਼ ਕਸਵੱਟੀ ਲਾਉਂਦੇ ਹੁੰਦੇ ਆਪਦੇ ਸਿੱਖਾਂ 'ਤੇ ਬਾਬਾ ਅਤਰ ਸਿੰਘ ਜੀ ਮਸਤੂ ਵਾਲਿਆਂ ਨੇ
ਬਹੁਤ ਸੇਵਾ ਚਲਾਈ, ਬਹੁਤ ਪਦਾਰਥ ਚਲਾਏ, ਦੇਖਿਆ ਵੀ ਸੰਗਤ ਦਾ ਇਕੱਠ ਬਹੁਤ ਹੈ। ਅਖੀਰ ਨੂੰ ਬਹਾਨਾ ਲਾ ਕੇ ਕਹਿੰਦੇ ਭਾਈ ਲੰਗਰ 'ਚ ਜੇ ਮਸਤਾਨਾ, ਹੁਣ ਜਿਹਨੇ ਸੇਵਾ ਕਰਨੀ ਹੈ ਇੱਕ ਮੁੱਠੀ ਬੇਰਾਂ ਦੀ ਮਿਲਿਆ ਕਰੂਗੀ, ਕਰੋ। ਜਿਹੜੇ ਪੱਕੇ ਪੱਕੇ ਸੀ ਰਹਿ ਗਏ, ਕੱਚੇ ਚੜ ਗਏ। ਸੋ ਸਮੇਂ ਮੁਤਾਬਕ ਇਹ ਕੁਛ ਹੁੰਦਾ ਰਿਹਾ, ਪਰ ਜਿਨ੍ਹਾਂ ਨੇ ਲਾਹਾ ਲੈਣਾ ਉਹ ਬਚਨ ਮੰਨਦੇ ਨੇ, ਜਿਸ ਦੀ ਵਾਪਤੀਓਂ ਫਰਮਾਨ ਆਉਂਦਾ ਹੈ। ਭਾਵ ਜਲ ਤਰ ਜਾਂਦਾ ਸਤਿਗੁਰ ਦੀ ਸੇਵਾ ਕਰਕੇ, ਭਾਵ ਜਲ ਤਰ ਜਾਂਦਾ ਸਤਿਗੁਰ ਦੀ ਸੇਵਾ ਕਰਕੇ। ਚਾਕਰੀ ਮਾਂ ਕਰੜੀ ਸੁਖਸਾਰ, ਨਜ਼ਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵਾ ਲੱਗਿਆ ਭਵ ਜਲ ਤਰੀਏ ਸੰਸਾਰ। ਸੋ ਇਸ ਤਰ੍ਹਾਂ ਸੇਵਾ ਦੀਆਂ ਬੇਅੰਤ ਬਰਕਤਾਂ ਨੇ, ਪਰ ਸਾਧ ਸੰਗਤ ਜੀ ਜਿਨ੍ਹਾਂ ਨੇ ਕੀਤੀਆਂ ਨੇ ਉਹਨਾਂ ਨੂੰ ਨਸੀਬ ਹੁੰਦੀਆਂ ਨੇ। ਸੰਤ ਮਹਾਰਾਜ ਨੇ, ਰਾੜੇ ਸਾਹਿਬ ਵਾਲੇ ਨੇ ਬਾਬਾ ਅਤਰ ਸਿੰਘ ਮਹਾਰਾਜ ਦੀ ਬਚਨ ਮੰਨੇ। ਆਪ ਜੀ ਐਡੇ ਉੱਚੇ ਘਰਾਣੇ ਦੇ ਵਿੱਚ ਆਲੋਵਾਲ ਨਗਰ ਦੇ ਵਿੱਚ ਅਵਤਾਰ ਧਾਰਿਆ। ਸੋ ਬਚਪਨ ਦੇ ਵਿੱਚ ਅਨੇਕਾਂ ਕੌਤਕ ਵਰਤਾਏ। ਬਾਬਾ ਅਤਰ ਸਿੰਘ ਮਹਾਰਾਜ ਦੀ ਸੇਵਾ ਜਦੋਂ ਗਏ ਨੇ, ਕਹਿੰਦੇ ਕਨੇਚ ਦੀ ਬਗੀਚੀ ਵਿੱਚ ਗਾਵਾਂ ਦਾ ਬੱਗ ਖੜਦਾ, ਬਾਬਾ ਜੀ ਨੇ ਆਪ ਸਮਾਧੀ 'ਚ ਹੋਣਾ, ਰਾੜੇ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਕਹਿਣਾ ਵੀ ਆ ਗਾਈਆਂ ਦਾ ਗੋਹਾ ਚੱਕ ਚੱਕ ਕੇ ਸਿੱਟੀ ਜਾ, ਜਿੱਥੇ 100-150 ਡੰਗਰ ਹੋਵੇ ਗੋਹਾ, ਤੁਸੀਂ ਦੇਖ ਲਓ ਕਿੰਨਾ ਹੁੰਦਾ। ਫਿਰ ਸਰੀਰ 'ਚ ਕਮਜ਼ੋਰੀ ਇੰਨੀ ਸੀ, ਜਿਹੜੇ ਰਾੜੇ ਸਾਹਿਬ ਵਾਲੇ ਮਹਾਂਪੁਰਸ਼ ਸੀ, ਜਦੋਂ ਬਾਬਾ ਅਤਰ ਸਿੰਘ ਮਹਾਰਾਜ ਦੀ ਸੇਵਾ ਕਰਦੇ, ਲੰਗਰ 'ਚ ਬੈਠ ਕੇ ਪੰਗਤ 'ਚ ਕਦੇ ਪ੍ਰਸ਼ਾਦਾ ਨਹੀਂ ਛਕਿਆ। ਜਿਹੜੇ ਬਾਬਾ ਅਤਰ ਸਿੰਘ ਜੀ ਮਹਾਰਾਜ ਆਪਦੀ ਥਾਲੀ 'ਚ ਪ੍ਰਸ਼ਾਦਾ ਇੱਕ ਛੱਡ ਦੇਣ, ਅੱਧਾ ਛੱਡ ਦੇਣ, ਉਹੀ ਪ੍ਰਸ਼ਾਦਾ ਛੱਕ ਕੇ ਸੰਤੁਸ਼ਟ ਹੋ ਜਾਂਦੇ ਵੀ ਦੁਬਾਰਾ ਪੰਗਤ 'ਚ ਨਹੀਂ ਬੈਠਦੇ ਸੀ। ਸੋ ਇਸ ਤਰ੍ਹਾਂ ਜਦੋਂ ਭੋਜਨ ਘਟਦਾ ਗਿਆ ਘਟਦਾ ਗਿਆ, ਸਰੀਰ 'ਚ ਕਮਜ਼ੋਰੀ ਹੋ ਗਈ, ਕਮਜ਼ੋਰੀ ਹੋਣ ਨਾਲ ਗਿੱਟੇ ਭਿੜਨ ਲੱਗ ਗਏ। ਹੁਣ ਜਦੋਂ ਗਿੱਟੇ ਭਿੜਦੇ ਨੇ, ਉਹ ਕਮਜ਼ੋਰੀ ਹਾਲਤ ਵਿੱਚ ਆਪ ਜੀ ਗੋਹਾ ਥੋੜ੍ਹਾ ਥੋੜ੍ਹਾ ਪਾਉਂਦੇ ਨੇ ਗਾਵਾਂ ਦਾ, ਬਸ ਨਾਲ ਨਿਰੰਤਰ ਸਿਮਰਨ, ਅੱਖ ਚੱਕ ਕੇ ਕਦੇ ਉੱਪਰ ਨਹੀਂ ਝਾਕਦੇ ਸੀ, ਕਿਉਂਕਿ ਅੱਖਾਂ ਦਾ ਵਿਸ਼ਾ ਅੰਦਰ ਜਾ ਕੇ ਜਿਹੜਾ ਮਨ ਦੇ ਵਿੱਚ ਟਿਕੇ ਸਰੋਵਰ ਨੂੰ ਗੰਦਾ ਕਰਨਾ। ਜਿੱਥੇ ਅੱਖ ਚਲੀ ਗਈ, ਆਪਾਂ ਕਿਉਂ ਰੌਲਾ ਪਾਉਂਦੇ ਹਾਂ ਵੀ ਟਿਕੋ ਟਿਕੋ ਟਿਕੋ, ਸਤਸੰਗ ਵਿੱਚ ਹੀ ਟਿਕਿਆ ਜਾਂਦਾ, ਦੂਜੀ ਜਗ੍ਹਾ ਤਾਂ ਭੰਗੜੇ ਹੀ ਪੈਂਦੇ ਨੇ ਜਿੱਥੇ ਇਕੱਠ ਹੁੰਦਾ। ਸੋ ਇੱਕ ਇਹ ਵਿਸ਼ਾ, ਇਹ ਸਾਡੀ ਦਵਾਈ ਹੈ। ਜਿਹੜੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਸਤਸੰਗ ਸੁਣਨ ਲੱਗ ਜਾਓ ਜਾ ਕੇ ਨੀਂਦ ਬਗੈਰ ਗੋਲੀਆਂ ਤੋਂ ਆਉਂਦੀ ਹੈ, ਕਿਉਂਕਿ ਜੇ ਮਨ ਨੂੰ ਸੁੱਖ ਮਿਲਦਾ ਉਹਨੂੰ ਨੀਂਦ ਆਉਣ ਲੱਗ ਜਾਂਦੀ ਹੈ। ਕਈ ਇਹ ਚੀਜ਼ਾਂ ਇੱਥੋਂ ਸੁੱਖ ਪ੍ਰਾਪਤ ਹੁੰਦਾ। ਸੋ ਇਸੇ ਤਰ੍ਹਾਂ ਹੀ ਮਹਾਂਪੁਰਸ਼ਾਂ ਨੇ ਸੇਵਾ ਕੀਤੀ, ਬਚਨ ਮੰਨ ਕੇ ਕੀਰਤਨ ਦੀ ਦਾਤ ਆਪ ਜੀ ਨੂੰ ਬਾਬਾ ਅਤਰ ਸਿੰਘ ਮਹਾਰਾਜ ਨੇ ਦਿੱਤੀ। ਕਿੰਨਾ ਲੰਬਾ ਸਮਾਂ ਕੀਰਤਨ ਕੀਤਾ, ਅਖੀਰ ਨੂੰ ਜਦੋਂ ਅੰਤ ਸਮਾਂ 1975 ਵਿੱਚ ਆਪ ਜੀ ਰਾੜਾ ਸਾਹਿਬ ਉਸ ਵੇਲੇ ਇੰਗਲੈਂਡ ਨੂੰ ਜਾਣ ਵੇਲੇ ਤਿਆਰ ਹੋਏ, ਕਹਿੰਦੇ ਸੰਗਤ ਦਾ ਇਕੱਠ ਬਹੁਤ ਸੀ, ਜਿੱਥੇ ਅੱਜ ਵੀ
ਵੱਡਾ ਸਾਰਾ ਹਾਲ ਬਣਿਆ ਜਿੱਥੇ ਲੱਕੜੀ ਦਾ ਕੰਮ ਕਰਦੇ ਨੇ ਉਹ ਜਿਹੜਾ ਹਾਲ ਹੈ ਅੱਗੇ ਪਹਿਲਾਂ ਇਹਦੇ 'ਚ ਬਿਰਧ ਆਦਮੀ ਰੱਖਦੇ ਸੀ ਹੁਣ ਬਿਰਧ ਜਿਹੜੇ ਆਦਮੀ ਨੇ ਉਹ ਸਾਰੇ ਬਾਹਰ ਉਹਨਾਂ ਵਾਸਤੇ ਅਲੱਗ ਜਗ੍ਹਾ ਬਣ ਗਈ ਇਸ ਜਗ੍ਹਾ ਸੰਤ ਮਹਾਰਾਜ ਦੀ ਕੁਰਸੀ ਲੱਗੀ ਸੀ ਕਹਿੰਦੇ ਜਦੋਂ ਇੰਗਲੈਂਡ ਨੂੰ ਜਾਣਾ ਸੀ ਸੰਗਤ ਦਾ ਧੱਕਾ ਪੈ ਗਿਆ ਰੌਲਾ ਪੈ ਗਿਆ ਸੰਤ ਮਹਾਰਾਜ ਦੇ ਕਹੇ ਤੋਂ ਕੋਈ ਚੁੱਪ ਨਾ ਕਰਿਆ ਜਦੋਂ ਉੱਚੀ ਉੱਚੀ ਸੰਗਤ ਦਾ ਧੱਕਾ ਪੈ ਗਿਆ ਅੰਦਰੋਂ ਖਿੱਚ ਕੋਈ ਇਹੋ ਜਿਹੀ ਅਗੰਮੀ ਹੋਈ ਸੰਗਤ ਨੂੰ ਆਪ ਨੂੰ ਨਾ ਪਤਾ ਲੱਗੇ ਇੱਕ ਦੂਜੇ ਤੋਂ ਅੱਗੇ ਹੋ ਕੇ ਜਾਣ ਪਹਿਰੇਦਾਰਾਂ ਤੋਂ ਬੇਵਸੀ ਹੋ ਗਈ ਉਸ ਇਕੱਠ ਦੇ ਵਿੱਚ ਸੰਤ ਮਹਾਰਾਜ ਕੁਰਸੀ ਤੋਂ ਉੱਠੇ ਚੁੱਪ ਕਰਕੇ ਭੋਰਾ ਸਾਹਿਬ ਜਾ ਵੜੇ ਬੋਲੇ ਨਹੀਂ ਕਿਸੇ ਨਾਲ ਸੰਗਤ ਉਦਾਸ ਜਿਵੇਂ ਕੋਈ ਖੋ ਗਿਆ ਹੁੰਦੀ ਹੈ ਚੀਜ਼ ਇਸ ਤਰ੍ਹਾਂ ਉਦਾਸੀ ਵਿੱਚ ਸਮਾਂ ਆਇਆ ਗੱਡੀ ਲੱਗੀ ਆਪ ਜੀ ਨੇ ਉਸ ਟਾਈਮ ਜਦੋਂ ਤਿਆਰੀ ਹੋਈ ਉਹ ਤਿਆਰੀ ਵੀ ਜਾਣਾ ਸੰਗਤ ਨੂੰ ਮਿਲ ਕੇ ਦਵਲਾਨ ਦਵਲਾਨ ਤੋਂ ਫਿਰ ਦਿੱਲੀ ਦਿੱਲੀ ਤੋਂ ਫਿਰ ਇੰਗਲੈਂਡ ਨੂੰ ਜਾਵਾਂਗੇ ਜਦੋਂ ਉੱਥੇ ਸਤਸੰਗ ਦੀ ਤਿਆਰੀ ਹੋਈ ਆਪ ਜੀ ਮੱਥਾ ਟੇਕ ਕੇ ਦਰਬਾਰ 'ਚ ਬਾਹਰ ਨਿਕਲੇ ਧੰਨ ਧੰਨ ਸੰਤ ਮਹਾਰਾਜ ਕਿਸ਼ਨ ਸਿੰਘ ਜੀ ਅੱਗੇ ਹੋਏ ਮਨ 'ਚ ਬਰਾਗ ਆਇਆ ਕਿਉਂਕਿ ਸਾਰਾ ਕੁਝ ਜਾਣਦੇ ਸੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸਮੇਂ ਦਾ ਪਤਾ ਸੀ ਵੀ ਅਸੀਂ ਦੋਨਾਂ ਨੇ ਹੁਣ ਇਕੱਠੇ ਨਹੀਂ ਹੋਣਾ ਆਪ ਜੀ ਹੌਲੀ ਕੁ ਦਿਨੇ ਨੇੜੇ ਗਏ ਸੰਤ ਮਹਾਰਾਜ ਈਸ਼ਰ ਸਿੰਘ ਦੇ ਕਹਿਣ ਲੱਗੇ ਜੇ ਐਗਤੀ ਜਾਣ ਤੋਂ ਰਹਿਣ ਦਿੰਦੇ ਤਾਂ ਚੰਗੀ ਗੱਲ ਸੀ ਫਿਰ ਜਾ ਆਉਂਦੇ ਕਦੇ ਸੰਤ ਮਹਾਰਾਜ ਈਸ਼ਰ ਸਿੰਘ ਜੀ ਹੱਸ ਕੇ ਕਹਿਣ ਲੱਗੇ ਕੋਈ ਨਹੀਂ ਤੁਹਾਨੂੰ ਪਤਾ ਹੀ ਹੈ ਅਤੇ ਐਗਤੀ ਜਾ ਆਉਣ ਤੋਂ ਫਿਰ ਮੈਂ ਜਾਂਦਾ ਨਹੀਂ ਇਹ ਜਦੋਂ ਕਿਹਾ ਸੰਤ ਮਹਾਰਾਜ ਨੇ ਫਿਰ ਕਿਹਾ ਦੁਬਾਰਾ ਕਹਿੰਦੇ ਦੇਖ ਲਓ ਜੇ ਗੱਲ ਮੰਨ ਲਓ ਤਾਂ ਚੰਗੀ ਗੱਲ ਹੈ ਵੀ ਮੈਨੂੰ ਐਗਤੀ ਨਾ ਜਾਓ ਉਹ ਕਹਿੰਦੇ ਨਹੀਂ ਐਗਤੀ ਜਾਣ ਤੋਂ ਫਿਰ ਮੈਂ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਕਰ ਲਊਂਗਾ ਇਹ ਵਚਨ ਕੀਤੇ ਆਪ ਜੀ ਨੂੰ ਅੰਦਰੋਂ ਇਹ ਸਾਰਾ ਕੁਛ ਅਨੁਭਵ ਹੋ ਰਿਹਾ ਸੀ ਸੰਗਤਾਂ ਵੀ ਉਦਾਸ ਸੋ ਆਪ ਜੀ ਸਾਰੀ ਰਾੜਾ ਸਾਹਿਬ ਦੀ ਰੌਣਕ ਲੈ ਕੇ ਗੱਡੀ 'ਚ ਬੈਠ ਗਏ ਸੰਗਤਾਂ ਦੇ ਮਨ ਦੇ ਵਿੱਚ ਜਦੋਂ ਗੱਡੀ ਤੁਰੀ ਇਹ ਬਰਾਗਮਈ ਧਾਰਨਾਵਾਂ ਸਾਰਿਆਂ ਦੇ ਮੁੱਖ 'ਚੋਂ ਨਿਕਲੀ ਹੁਣ ਕਦੋਂ ਮਿਲੋਗੇ ਜੀ ਕਾਜੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਕਾਜੁਗ ਨੇੜੇ ਆਉਂਦਾ ਜਾਂਦਾ
ਨਾ ਮਿਲਤੇ ਤਾਂ ਕਲਯੁਗ ਹੋਤਾ ਕਿਉਂਕਿ ਜਦੋਂ ਪਰਮਾਤਮਾ ਦੀ ਪ੍ਰਭੂ ਦੇ ਪਿਆਰਿਆਂ ਦੀ ਯਾਦ ਭੁੱਲਦੀ ਹੈ ਕਲਯੁਗ ਆ ਕੇ ਮਨ 'ਤੇ ਛਾ ਜਾਂਦਾ ਹੈ ਉਸ ਵੇਲੇ ਉਹ ਯਾਦ ਆਉਣ ਹੀ ਨਹੀਂ ਦਿੰਦਾ ਕਲਯੁਗ ਦਾ ਪ੍ਰਭਾਵ ਇਹੋ ਜਿਹਾ ਹੈ ਅਤੇ ਕਲਯੁਗ ਤੋਂ ਬਚਣ ਵਾਸਤੇ ਪ੍ਰਭੂ ਦਾ ਨਾਮ ਸਾਧ ਸੰਗਤ ਜ਼ਰੂਰੀ ਹੈ ਸੰਤ ਜੀ ਮਹਾਰਾਜ ਇਹੋ ਜਿਹੀ ਅਵਸਥਾ ਵਿੱਚ ਬਰਾਗ ਵਿੱਚ ਸਾਰੀ ਸੰਗਤ ਖੜ੍ਹੀ ਹੈ ਧੰਨ ਧੰਨ ਸੰਤ ਮਹਾਰਾਜ ਕਿਸ਼ਨ ਸਿੰਘ ਜੀ ਜਿਹੜੇ ਆਮ ਸੰਗਤਾਂ ਨੂੰ ਪਤਾ ਹੈ ਵੀ ਬੜੇ ਖੁਸ਼ ਰਹਿੰਦੇ ਬੜੇ ਮਜ਼ਾਕ ਵੀ ਕਰਦੇ ਸਾਰਾ ਕੁਛ ਜੋ ਵੀ ਸੰਗਤ ਆਉਂਦੀ ਸੀ ਹਰ ਵਕਤ ਖੁਸ਼ ਤਵੀਤ ਰਹਿਣਾ ਕੋਈ ਨਾ ਕੋਈ ਮਖੌਲ ਵੀ ਕਰਦੇ ਰਹਿਣਾ ਪਰ ਜਿਸ ਦਿਨ ਸੰਤ ਮਹਾਰਾਜ ਨੇ ਇਹ ਵਿਛੋੜਾ ਪਾਇਆ ਉਸ ਤੋਂ ਬਾਅਦ ਹੱਸਣ ਤੋਂ ਘੱਟ ਗਿਆ ਜਦੋਂ ਰਾੜਾ ਸਾਹਿਬ ਤੋਂ ਤੁਰੇ ਨੇ ਉਸ ਵੇਲੇ ਉਹ ਹਾਸਾ ਨਹੀਂ ਰਿਹਾ ਮੁੜ ਕੇ ਕਹਿੰਦੇ ਕਿਉਂਕਿ ਜਿਵੇਂ ਇੱਥੇ ਮਹਾਂਪੁਰਸ਼ ਪੰਜ ਗ੍ਰਹੀਆਂ ਰਹਿੰਦੇ ਸੀ ਜਦੋਂ ਉਹ ਭੋਰਾ ਸਾਹਿਬ ਤੋਂ ਅੱਗੇ ਨਿਕਲੇ ਗੱਡੀ ਲੱਗੀ ਹੈ ਅੰਬ ਦਾ ਦਰਖਤ ਖੜ੍ਹਾ ਸੀ ਉੱਥੇ ਉਹਨਾਂ ਨੇ ਕੀ ਕੀਤਾ ਪਹਿਲਾਂ ਭੋਰਾ ਸਾਹਿਬ ਨੂੰ ਇਸ ਤਰ੍ਹਾਂ ਮੱਥਾ ਟੇਕਿਆ ਖੜ੍ਹ ਕੇ ਨੇਤਰ ਨੀਵੇਂ ਕੀਤੇ ਦੀਂਹਦਾ ਸੀ ਉਸ ਤੋਂ ਬਾਅਦ ਭੋਰੇ ਨੂੰ ਮੱਥਾ ਟੇਕ ਕੇ ਧਿਆਨ ਦੇ ਨਾਲ ਹੀ ਦਰਬਾਰ ਸਾਹਿਬ ਨੇ ਅੱਖਾਂ ਚੁਕਾਈਆਂ ਇਸ ਨੂੰ ਅਸਥਾਨ ਨੂੰ ਮੱਥਾ ਟੇਕਿਆ ਖੜ੍ਹੇ ਉੱਥੇ ਨੇ ਅਸੀਂ ਸਾਰੇ ਆਸ ਪਾਸ ਖੜ੍ਹੇ ਹਾਂ ਇਸੇ ਤਰ੍ਹਾਂ ਹੀ ਹਜ਼ੂਰ ਪਾਤਸ਼ਾਹ ਰਾੜਾ ਸਾਹਿਬ ਵਾਲਿਆਂ ਨੇ ਵੀ ਨੇਤਰਾਂ ਨਾਲ ਉਸ ਧਰਤੀ ਨੂੰ ਦਰਬਾਰ ਨੂੰ ਸੰਗਤ ਨੂੰ ਸਾਰੀ ਨੂੰ ਨੇਤਰਾਂ ਰਾਹੀਂ ਆਪਦਾ ਨਮਸਕਾਰ ਕੀਤੀ ਇਹ ਨਹੀਂ ਵੀ ਜੇ ਪੁੱਤਰ ਯਾਦ ਕਰਦਾ ਬਾਪ ਨਾ ਯਾਦ ਕਰੇ ਜੇ ਬਾਪ ਯਾਦ ਕਰਦਾ ਪੁੱਤਰ ਨਾ ਯਾਦ ਕਰੇ ਜੇ ਸਿੱਖ ਯਾਦ ਕਰਦਾ ਗੁਰੂ ਵੀ ਯਾਦ ਕਰਦਾ ਜੇ ਗੁਰੂ ਯਾਦ ਕਰਦਾ ਤਾਂ ਸਿੱਖ ਵੀ ਯਾਦ ਕਰਦਾ ਇਹ ਦੋਨੇ ਜਿਹੜੇ ਸਿਸਟਮ ਨੇ ਤਾਂ ਜੇ ਗੁਰੂ ਯਾਦ ਉਦੋਂ ਕਰਦਾ ਜੇ ਸਿੱਖ ਪਹਿਲਾਂ ਆਪਦਾ ਰਿਸ਼ਤਾ ਘਟਾਈ ਜਾਂਦਾ ਕਈਆਂ ਦੇ ਤਾਂ ਬਹੁਤ ਕੁਛ ਜੁਗਾੜ ਹੈ ਨਾ ਜੁਗਾੜ ਦਾ ਮਤਲਬ ਕੀ ਹੈ ਬੋਝ ਚੱਕਿਆ ਹੋਇਆ ਰਹਿੰਦਾ ਕਿਤੇ ਹੋਰ ਹੈ ਕਰਦਾ ਕਿਤੇ ਕੁਛ ਹੋਰ ਹੈ ਪ੍ਰੇਮ ਦੀਆਂ ਗੱਲਾਂ ਕਿਤੇ ਹੋਰ ਨੇ ਬਾਣਾ ਕਿਤੇ ਹੋਰ ਪਾਇਆ ਹੋਇਆ ਅਤੇ ਬਾਣੀ ਕਿਤੇ ਹੋਰ ਪੜ੍ਹਦਾ ਉਹਨੂੰ ਖਰਚਦਾ ਕਿਤੇ ਹੋਰ ਹੈ ਇੱਕ ਹੁੰਦਾ ਬਸ ਪ੍ਰੇਮ 'ਤੇ ਹੀ ਪ੍ਰੇਮ 'ਤੇ ਹੀ ਸਾਰਾ ਕੁਛ ਆਪਦਾ ਜੀਵਨ ਵੀ ਪ੍ਰੇਮ 'ਤੇ ਸੋ ਇਸੇ ਤਰ੍ਹਾਂ ਹੀ ਇਹ ਧਿਆਨ ਜਿਹੜਾ ਹੈ ਜਿੱਥੇ ਸਾਨੂੰ ਵਿਛੋੜੇ ਦਾ ਦੁੱਖ ਹੁੰਦਾ ਗੁਰੂ ਵੀ ਇਸ ਚੀਜ਼ ਨੂੰ ਪੂਰਤੀ ਕਰਦਾ ਵੀ ਇਹਨਾਂ ਨੂੰ ਇਹਨਾਂ ਦਾ ਦੁੱਖ ਕਿਤੇ ਦੁੱਖ ਬਣ ਕੇ ਨਾ ਖੜ੍ਹ ਜਾਵੇ ਇਹਨਾਂ ਨੂੰ ਮੈਂ ਸੌਖਾ ਕਰਕੇ ਜਾਵਾਂ ਸੰਤ ਮਹਾਰਾਜ ਨੇ ਉਸ ਵੇਲੇ ਸਾਰੀ ਸੰਗਤ ਦੇ ਬੰਨੀ ਦੌਰ ਦੇਖਿਆ ਦੇਖ ਕੇ ਬਾਅਦ ਦੇ ਵਿੱਚ ਇੱਕ ਜਦੋਂ ਸੰਗਤ ਦੇ ਨੇਤਰਾਂ ਵਿੱਚ ਜਲ ਹੈ ਆਪ ਜੀ ਨੇ ਇੱਕ ਧਾਰਨਾ ਇਉਂ ਵੀ ਪੜ੍ਹੀ ਕਰਕੇ ਰਹਿਣ ਬਛੇਰਾ ਕੁੰਜਾ ਉੜ ਚੱਲੀਆਂ ਕਰਕੇ ਰਹਿਣ ਬਛੇਰਾ ਕੁੰਜਾ ਉੜ ਚੱਲੀਆਂ ਕਰ
ਤਰ੍ਹਾਂ ਇਸ਼ਾਰਾ ਕੀਤਾ ਕੁੰਜਾਂ ਆਉਂਦੀਆਂ ਨੇ ਆਪਣੇ ਪੰਜਾਬ 'ਚ ਜਿਹੜੇ ਡਾਰਾਂ ਦੀਆਂ ਡਾਰਾਂ ਪਹਾੜਾਂ ਦੇ ਵਿੱਚੋਂ ਜਦੋਂ ਇੱਥੇ ਆ ਕੇ ਰਹਿੰਦੀਆਂ ਨੇ ਜਦੋਂ ਫਿਰ ਗਰਮੀ ਉੱਤਰਦੀ ਹੈ ਉੱਧਰ ਬਰਫ਼ ਕਰਨ ਸ਼ੁਰੂ ਹੋ ਜਾਂਦੀ ਹੈ ਫਿਰ ਇੱਥੋਂ ਆਪਦਾ ਟਾਈਮ ਕੱਟ ਕੇ ਫਿਰ ਪਹਾੜਾਂ 'ਚ ਮੁੜ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਹਜ਼ੂਰ ਪਾਤਸ਼ਾਹ ਕਹਿੰਦੇ ਭਾਈ ਜਿਵੇਂ ਪੰਛੀ ਕੁੰਜਾਂ ਕਰਕੇ ਰਹਿਣ ਵਛੇਰਾ ਆਪਦਾ ਚਲੀਆਂ ਜਾਂਦੀਆਂ ਨੇ ਸੋ ਵੀ ਆਪਦਾ ਰਹਿਣ ਵਛੇਰਾ ਇੱਥੇ ਕਰਕੇ ਹੁਣ ਚੱਲੇ ਹਾਂ ਇਹ ਵਚਨ ਕਰ ਦਿੱਤਾ ਸੰਗਤਾਂ ਜੋ ਵੀ ਵਿਰਾਗ ਦੇ ਵਿੱਚ ਆਪਦੇ ਆਪ ਨੂੰ ਸੰਤ ਮਹਾਰਾਜ ਦਾ ਸਹਾਰਾ ਲਿਆ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦਾ ਅਤੇ ਆਪ ਜੀ ਚਲੇ ਗਏ ਸੋ ਦਵਲਾਨ ਰਹੇ ਫਿਰ ਦਿੱਲੀ ਉਸ ਤੋਂ ਅੱਗੇ ਫਿਰ ਇੰਗਲੈਂਡ ਗਏ ਸੋ ਇਹੋ ਜਿਹਾ ਆਪ ਜੀ ਨੇ ਸੰਗਤਾਂ ਦਾ ਜਿੱਥੇ ਜਿੱਥੇ ਗਏ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗੁਰੂ ਵਾਲੇ ਬਣਾਇਆ ਰੂਹਾਨੀ ਪੱਖ ਦੇ ਵਾਸਤੇ ਸਿੱਖਿਆ ਦਿੱਤੀ ਜੋ ਕਿ ਜੋ ਪ੍ਰੇਮੀ ਅੱਜ ਵੀ ਉਹਨਾਂ ਦੀਆਂ ਕੈਸਟਾਂ ਸੁਣਦਾ ਉਹ ਵੀ ਰੂਹਾਨੀਅਤ ਪੱਖ ਉਹਨੂੰ ਕਿਤੋਂ ਹੋਰ ਲੱਭਣ ਦੀ ਲੋੜ ਨਹੀਂ ਪੈਂਦੀ ਉਹਦੇ ਵਿੱਚੋਂ ਹੀ ਬਹੁਤ ਕੁਛ ਮਿਲ ਜਾਂਦਾ ਹੈ ਬਹੁਤ ਕੁਛ ਕਈ ਇਕੱਲੀ ਇਕੱਲੀ ਚੀਜ਼ ਉਹਨਾਂ ਦੀ ਦੱਸੀ ਹੋਈ ਹੈ ਏ ਤੋਂ ਲੈ ਕੇ ਜੈਡ ਤੱਕ ਬੰਦਾ ਕਰਨ ਵਾਲਾ ਹੋਵੇ ਪਰ ਜਦੋਂ ਕਰਨ ਵਾਲਾ ਨਹੀਂ ਹੈ ਤਾਂ ਉੱਥੇ ਬਗੈਰ ਸ਼ੌਂਕ ਤੋਂ ਭਾਵੇਂ ਕੁਛ ਵੀ ਹੈ ਸਾਰੇ ਕਬੱਡੀਆਂ ਦੇ ਕੱਪ ਲੋਕ ਜਿੱਤਦੇ ਨੇ ਕੋਈ ਪਿੰਡਾਂ 'ਚ ਪੜ੍ਹ ਕੇ ਅਫਸਰ ਬਣਦਾ ਸਾਰਾ ਪਿੰਡ ਦੇ ਵਿੱਚ ਤਰੱਕੀ ਨਹੀਂ ਹੁੰਦੀ ਗਿਣਵੇਂ ਤੁਣਵੇਂ ਦੋ ਚਾਰ ਹੁੰਦੇ ਨੇ ਐਵੇਂ ਜਿਵੇਂ ਜੋ ਬਚਨ ਮੰਨਣ ਵਾਲੇ ਹੁੰਦੇ ਨੇ ਉਹ ਕੁਛ ਹੀ ਹੁੰਦੇ ਨੇ ਜਿਹੜੇ ਬਾਕੀ ਤਾਂ ਆਪਦੇ ਮਨ ਦੇ ਮੁਤਾਬਕ ਹੀ ਜੋ ਚੰਗਾ ਲੱਗਦਾ ਉਹੀ ਕੁਛ ਕਰ ਰਹੇ ਨੇ ਫਿਰ ਵੀ ਜੇ ਅਸੀਂ ਆਪਦੇ ਮਨ ਨੂੰ ਜੋੜਾਂਗੇ ਤਾਂ ਅੱਜ ਵੀ ਅਸੀਂ ਉਹਨਾਂ ਤੋਂ ਲਾਭ ਲੈ ਸਕਦੇ ਹਾਂ ਸੋ ਉਹੋ ਜਿਹੇ ਮਹਾਂਪੁਰਸ਼ ਸੰਸਾਰ ਤੋਂ ਇਹ ਨਹੀਂ ਹੈ ਵੀ ਸਾਡੇ ਕਰਕੇ ਬੈਠੇ ਨੇ ਉਹ ਪ੍ਰੇਮੀਆਂ ਵਾਸਤੇ ਨੇ ਜਿਹੜਾ ਪ੍ਰੇਮ ਦੇ ਨਾਲ ਯਾਦ ਕਰਦਾ ਹੈ ਉਹਦੇ ਅੱਜ ਵੀ ਕਾਰਜ ਸਵਾਰਦੇ ਨੇ ਸੋ ਆਓ ਹੁਣ ਸਮਾਂ ਯਾਦ ਨਹੀਂ ਦਿੰਦਾ ਸੋ ਕੱਲ੍ਹ ਦੇ ਦੀਵਾਨ ਬਾਰੇ ਆਪ ਨੂੰ ਦੱਸ ਦੇਣਗੇ ਉਸ ਤਰ੍ਹਾਂ ਲਾਹਾ ਕੱਟਣਾ ਵੈਸੇ ਅਸੀਂ ਉਹ ਸੋਚਦੇ ਹਾਂ ਵੀ 10:30 ਵੱਜ ਗਏ ਅੱਜ ਕੱਲ੍ਹ ਤਾਂ ਜਿਹੜੀ ਪੀੜ੍ਹੀ ਹੈ 10:30 ਕਿ 12 ਵਜੇ ਤੱਕ ਮੋਬਾਈਲ ਹੀ ਚੱਲਦੇ ਨੇ 12 ਵਜੇ ਇਹ ਨਹੀਂ ਪਤਾ ਆ ਦੀਵਾਨ ਤੋਂ ਜਾ ਕੇ ਜੇ ਵੀ 2 ਘੰਟੇ ਛੁੱਟੀ ਲਾ ਦੇਣਾ ਕੋਈ ਪਤਾ ਨਹੀਂ ਹੈ ਸਵੇਰੇ ਉੱਠਣ ਵੇਲੇ ਫਿਰ ਬਾਅਦ 'ਚ ਉਹ ਗਾਲਾਂ ਕੱਢਦੇ ਨੇ ਉੱਠ ਖੜ ਬਈ 2 ਵਜੇ ਤੱਕ ਉੱਠਿਆ ਹੀ ਤੇਰਾ ਬਾਪੂ ਸਿਰ 'ਤੇ ਆ ਗਿਆ ਉਹ ਤਾਂ ਦੇਖਦੇ ਬਾਪੂ ਕਿੱਥੇ ਆ ਉਹ ਕਹਿੰਦੇ ਸੂਰਜ ਨੂੰ ਕਹਿੰਦੇ ਆ ਵੀ ਸੂਰਜ ਤੇਰਾ ਬਾਪੂ ਸਿਰ 'ਤੇ ਆ ਗਿਆ ਉੱਠ ਖੜ ਅਤੇ ਇਸ ਤਰ੍ਹਾਂ ਕਰਕੇ ਲੋਕ ਸਵੇਰੇ ਉੱਠਣ ਦਾ ਨਾਂ ਨਹੀਂ ਲੈਂਦੇ ਸ਼ਹਿਰਾਂ 'ਚ ਵੀ ਲੋਕ 12-1 ਵਜੇ ਪੈਂਦੇ ਨੇ ਫਿਰ ਕਹਿਣਗੇ ਸਾਡੀ ਰੋਟੀ ਨਹੀਂ ਹਜਮ ਆਉਂਦੀ ਤੇਜ਼ਾਬ ਬਣਦਾ ਫਿਰ ਕਹਿਣਗੇ ਸਾਨੂੰ ਜਿਹੜੀ ਹੈਗੀ ਹੈ ਆ ਗਲੋ ਨਹੀਂ ਬਣਦੀ ਬਾਡੀ ਦੇ ਵਿੱਚ ਜਿਹੜਾ ਮੈਦਾ ਲੀਵਰ ਖਰਾਬ ਹੋ ਗਿਆ ਕਿਉਂਕਿ ਡਾਕਟਰ ਤਾਂ ਕਹਿੰਦੇ ਰੋਟੀ ਇਸ ਹਿਸਾਬ ਨਾਲ ਖਾਓ ਦਿਨ ਦੇ ਨਾਲ ਇਹ ਰਾਤ ਨੂੰ ਚਾਲੂ ਹੁੰਦੇ ਨੇ ਕਈ ਵਾਰੀ ਅਸੀਂ ਦਿੱਲੀ ਜਾਂਦੇ ਹਾਂ ਆ ਲੁਧਿਆਣੇ ਵੀ ਜਾਂਦੇ ਹਾਂ ਉਹ 8-9 ਵਜੇ ਕਹਿੰਦੇ ਕਿਹੜੀ ਸਬਜ਼ੀ ਲਿਆਈਏ ਮੈਂ ਸਾਡਾ ਸੌਣ ਦਾ ਟਾਈਮ ਹੋ ਗਿਆ ਤੁਸੀਂ ਜੇ ਸਬਜ਼ੀ ਖਰੀਦਣ ਨੂੰ ਗੱਲ ਕਰਦੇ ਹੋ ਸੋ ਇਸ ਤਰ੍ਹਾਂ ਕਰਕੇ ਵੈਸੇ ਵੀ ਜਿਹੜੇ ਲੋਕ ਬਿਮਾਰ ਹੁੰਦੇ ਨੇ ਕੋਈ ਬਿਮਾਰੀਆਂ ਨਹੀਂ ਹੈਗੀਆਂ ਅਸੀਂ ਆਪਦੇ ਲੱਛਣਾਂ ਕਰਕੇ ਬਿਮਾਰ ਹੋ ਰਹੇ ਹਾਂ ਸੌਣਾ ਨਹੀਂ ਟਾਈਮ 'ਤੇ ਖਾਣਾ ਨਹੀਂ ਟਾਈਮ 'ਤੇ ਅਤੇ ਇਸੇ ਤਰ੍ਹਾਂ ਹੀ ਹੁਣ ਜਾ ਕੇ ਅਜੇ ਵੀ ਗੁਰੂ ਕਿਰਪਾ ਕਰੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਝੂਟੀ ਲੱਗਣੀ ਆ ਕੀ ਅਸੀਂ ਦੇਖਣਾ ਮੋਬਾਈਲਾਂ 'ਤੇ ਇਹ ਤਾਂ ਸਾਡੇ ਸਿਆਣੇ ਬੰਦਿਆਂ ਵਾਸਤੇ ਆ ਜਿਹੜੇ ਬਜ਼ੁਰਗ ਸਰੀਰ ਨੇ ਵੀ ਭਾਈ ਟਾਈਮ 'ਤੇ ਭੋਗ ਪੈ ਗਿਆ ਚਲੋ ਵਗ ਜਾਈਏ ਸੰਗਤ ਕਿਉਂਕਿ ਚੰਗੀ ਚੀਜ਼ ਚੁਭਦੀ ਆ ਜਿੱਦਾਂ ਘੰਟਾ 11 ਵਜੇ 'ਤੇ ਮੈਂ ਤੁਸੀਂ ਅੱਧੇ ਬੰਦੇ ਕਹੋਗੇ ਅੱਜ ਤਾਂ ਬੜਾ ਟਾਈਮ ਆ ਘਰ ਆਉਂਦਾ ਹੁਣ 1:30 ਵੱਜ ਗਿਆ ਭਾਵੇਂ 1:30 ਵਜੇ ਤੱਕ ਅੱਧੇ ਅਜੇ ਇਹਦੇ 'ਚੋਂ ਜਾ ਕੇ ਤੁਸੀਂ ਮੋਬਾਇਲਾਂ ਨਾਲ ਚਿੰਬਣੇ ਨੇ ਇਹੋ ਤਾਂ ਕੋਈ ਹੈ ਨਹੀਂ ਜਾ ਕੇ ਸਿੱਧਾ ਪੈ ਜੂਗਾ ਅਤੇ ਇਹੋ ਜਿਹਾ ਅੱਜ ਕੱਲ੍ਹ ਜਵਾਨਾ ਸੋ ਇਸ ਦੇ ਨਾਲ ਪਰ ਜਿਹੜੀਆਂ ਆਹ ਘੜੀਆਂ ਲਾਈਆਂ ਨੇ ਮੁੜ ਮੁੜ ਕੇ ਨਹੀਂ ਮਿਲਦੀਆਂ ਇਹ ਕਿੱਥੇ ਸਹਾਈ ਹੁੰਦੀਆਂ ਨੇ ਇਹ ਦਰਗਾਹ 'ਚ ਸਹਾਈ ਹੁੰਦੀਆਂ ਨੇ ਕਬੀਰ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ
फिर पाचे पछताओगे जब प्राण जाएंगे झूठ कहने फिर जब मौत का समा आता है उस वे समय घड़ियां गिणदा भी मैं क्यों ना वो कम कर लिया क्यों मैं सारे धंद विच पिटदा रहा सो आओ सारे जने आनंद साहब के पाठ जुड़ो उस तो बाद गुरसोत्र गज बज के बोलियो अरदास हुकमनामा बीबिया देग वरतौंदियां ने पाले पाले बच्चे छोटे ना लग्या करो भाई तो सियाणिया थोड़िया होवे उस मुताबक बच्चे लगो तो देग जे किसी ने हथ मारती डुल गई वो देग दे माँ बाप जिहड़े उह छोटे बच्चे लाउंदे ने उन्हां नूं दोष जाएगा सानू नहीं दोष जाऊगा असीं मतलब दसता ਕਰਨਾ ਸਮਰਾਟ ਸੁਆਮੀ ਸੁਖ ਮਨੁ ਸਾਰੇ ਕਹਿ ਨਾਮ ਮਨ ਮੇਰੇ ਸਦਾ ਰਹੋ ਸਾਚੇ ਸਾਹਿਬ ਯਾਰ ਕਰਦੇ ਕਰਨਾ ਤੇਰਾ ਸਭ ਸਦਾ ਸਿਫਤ ਸਲਾਹ ਤੇਰੀ ਦੇਗ ਬਾਰੇ ਦੇਗ ਘੱਟੋ ਘੱਟ 25-30 ਜਾਂ 35 ਬੰਦੇ ਹੋਣੇ ਚਾਹੀਦੇ ਪਿੱਛੇ ਤੱਕ ਸੰਗਤ ਦੂਰ ਤੱਕ ਬੈਠੀ ਹੈ
ਪਰ ਜਿਹੜੇ ਭਾਈ ਆ ਬੀਬੀਆਂ ਵਰਤਾਉਂਦੇ ਆ ਤੁਹਾਡੇ ਮੂੰਹ 'ਤੇ ਬਿਲਕੁਲ ਹਾਸਾ ਨਹੀਂ ਆਉਣਾ ਚਾਹੀਦਾ। ਬੰਦਿਆਂ ਵਾਂਗੂ ਕੰਮ ਕਰਿਓ ਜਿਵੇਂ ਸੰਗਤ 'ਚ ਹੁੰਦਾ, ਕਿਉਂਕਿ ਇੱਕ ਬੱਚੇ ਨਾ ਵਰਤਾਉਣ, ਆਪਦੇ ਸਹੀ ਦੇਖ ਕੇ ਉਸ ਜਗ੍ਹਾ 'ਤੇ ਵਰਤਾਇਓ। ਪਿੱਛੇ ਤੱਕ ਕੁਛ ਪਿੱਛੇ 5-7 ਬੰਦੇ ਨਿਕਲ ਜਿਓ, ਕੁਛ ਰਾਹ ਤੋਂ ਇੱਧਰ ਪਾਸੇ 5-7 ਬੰਦੇ, ਬਾਕੀ ਇੱਥੇ ਅੰਦਰ। ਇਹ ਜਗ੍ਹਾ ਕਾਫੀ ਹੈ, ਦੇਖਣ ਨੂੰ ਲੱਗਦੀ ਹੈ ਛੋਟੀ, ਵਰਤਾਉਣ ਵੇਲੇ ਸਾਨੂੰ ਪਤਾ ਲੱਗਦਾ ਜੇ ਇੱਥੇ ਵੀ ਅੰਦਰ 5-7 ਬੰਦੇ ਵਰਤਾਉਂਦੇ ਨੇ, ਮੁਸ਼ਕਲ ਨਾਲ 10 ਮਿੰਟ 'ਚ ਉਹਨਾਂ ਤੋਂ ਵਰਤਦੀ ਹੈ। ਸੋ ਤਾਂ ਕਰਕੇ ਪਿੱਛੇ ਤੱਕ ਜੇ ਆਪਾਂ 10-15 ਮਿੰਟ ਦੇਖ ਵਰਤਾਉਣੀ ਚਾਹੁੰਦੇ ਹਾਂ, 30-35 ਬੰਦੇ ਉਹੋ ਜਿਹੇ ਸਿਆਣੇ ਸੂਝਵਾਨ ਹੋਣੇ ਚਾਹੀਦੇ ਨੇ। ਸੋ ਇਹ ਦੇਖਣਾ ਚਾਹੀਦਾ, ਬੱਚਾ ਪ੍ਰਸ਼ਾਦਾ ਵਰਤਾ ਸਕਦਾ, ਦੇਖ ਜੇ ਗਿਰ ਗਈ ਉਹਦਾ ਦੋਸਤ ਕਿਹਨੂੰ ਲੱਗੂਗਾ। ਇੱਥੇ ਆ ਜਿਹੜੇ ਹਰਵਿੰਦਰ ਹੁਣੀ ਖੜ੍ਹੇ ਨੇ, ਆ ਹੋਰ ਇਹਨਾਂ ਨੇ ਬਾਅਦ 'ਚ ਕਰੀ ਜਾਣਾ, ਮੈਂ ਬੋਲਦਾ ਸੀ ਫਲਾਨਾ ਸੀ, ਇਹਦਾ ਲਿਖ ਕੇ ਦੇਣਾ ਪੈਂਦਾ ਉਹ ਜਿਹੜੇ ਬੈਠੇ ਨੇ, ਵੀ ਤੁਹਾਡੀ ਮਿਸਟੇਕ ਮੰਨੀ ਜਾਵੇਗੀ ਜੇ ਕੋਈ ਗਲਤੀ ਹੋਊਗੀ, ਕਿਉਂਕਿ ਜਿਹੜਾ ਬੰਦਾ ਜਿੱਥੇ ਖੜ੍ਹਾ ਉਸ ਨੂੰ ਫੜਿਆ ਜਾਵੇਗਾ, ਦੂਜੇ ਬੰਦੇ ਕੋਈ ਲੇਖਾ ਦੇਖਾ ਨਹੀਂ ਹੁੰਦਾ। ਸੋ ਆਓ ਹੁਣ ਸਾਰੇ ਜਣੇ ਗੁਰਸੋਤਰ ਵਿੱਚ ਗੱਜ ਵੱਜ ਕੇ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਹੈ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਬਹਿ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੂਰਾ ਪ੍ਰਭ ਰਾਧਿਆ ਪੂਰਾ ਜਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਵਾਹਿਗੁਰੂ ਤਨਾਸਰੀ ਮਹੱਲਾ ਪੰਜਵਾ ਕਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੁ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿ